ਫ੍ਰੀ ਕਰਦੇ ਸੀਗੇ ਰੈਸਕਿਊ ਸੱਪਾਂ ਦੇ ਵੀ। ਫਿਰ ਯਾਰ ਪਤਾ ਕੀ ਹੈ, ਜਿਹੜਾ ਦਾਨ ਆਉਂਦਾ ਉਹ ਤਾਂ ਆਉਂਦਾ ਜ਼ਖਮੀ ਜਾਨਵਰਾਂ ਵਾਸਤੇ, ਅਤੇ ਆਪਾਂ ਘਰਾਂ 'ਚ ਲੋਕਾਂ ਦੇ ਸੱਪ ਫੜਦੇ ਫਿਰਦੇ ਹਾਂ ਉਸੇ ਪੈਸੇ 'ਤੇ, ਅਤੇ ਤਾਂ ਕਰਕੇ ਹੁਣ ਸੱਪ ਦੀ ਫੀਸ ਹੀ ਰੱਖਦੇ। ਸੱਪ ਗੋਹ ਨੇ ਵਾਲਾ ਕੋਈ ਵੀ ਚੀਜ਼ ਹੋਵੇ ਨਾ, ਇਹਦੀ 500 ਰੁਪਈਆ ਫੀਸ ਹੈ। ਹੁਣ ਇਹ 500 ਦਾਨ ਪਾਤਰ 'ਚ ਹੀ ਪਾ ਦੇਣਾ ਚਾਹੀਦਾ। ਅੱਛਾ, ਅਤੇ ਫਿਰ ਤੁਸੀਂ ਕੰਮ ਫਿਰ ਸਾਡਾ ਜਿੰਮ ਹੈ ਬਈਆ? ਹਾਂ ਜਿੰਮ ਹੈ ਸਾਡੀ। ਕਿੱਥੇ ਹੈ? ਮੋੜੀ ਕਸਬਾ, ਪਹਿਲਾਂ ਇੱਥੇ ਸੀ ਜੀ। ਉਹਦੇ ਕੋਲ ਵੀ ਆਉਂਦਾ ਸੀ ਤੂੰ? ਕੀ ਨਾਮ ਬਾਈ? ਮੈਂ ਆਉਂਦਾ ਸੀ ਕਿਸੇ ਕੋਲ, ਮੇਰੀ ਆਵਦੀ ਹੈ ਪਹਿਲੇ ਦਿਨ, ਮੈਂ ਲਾਈ ਨਹੀਂ ਕਿਸੇ ਦੀ। ਉਹ ਬੋੜੀ ਦੇ ਰੁਮੇਰ ਰੁਮੇਰ ਹੁੰਦਾ ਹੈ, ਬੋੜੀ ਕਸਬ ਦੀ ਲਾਈ ਹੈ, ਬੋੜੀ ਕਸਬ ਦੀ ਮਾਰ। ਬੋੜੀ ਕਸਬ ਕਿੱਥੇ ਹੈਗਾ? ਪਹਿਲਾਂ ਬੈਠੇ ਸੀਗੇ ਸਾਊਂਡ ਸਕੂਲ ਦੇ ਕੋਲ, ਜਿੱਥੇ ਉਹਨਾਂ ਨੂੰ ਲੋਡ ਹੈ। ਅੱਛਾ, ਨਾਮ ਕੀ ਵੀਰੇ? ਬਾ ਜਸਪਾਲ। ਕੰਪੀਟੀਸ਼ਨ ਵੀ ਲੈਣਾ ਤੂੰ ਹੈ ਨਾ? ਹਾਂ ਸ਼ਾਇਦ ਉਦੋਂ ਕਦੇ ਵੇਖਿਆ ਮੈਂ। ਕਾਲਾ ਵਾਲੀ ਵੀ ਗਿਆ ਸੀ ਹੈ ਨਾ? ਕਾਲਾ ਵਾਲੇ ਪਲੈਨ ਕਾਲੇ ਤੋਂ ਫਸਟ ਆਏ ਸੀ। ਉਹ ਵੀ ਸੀਗਾ, ਰਵੀ ਬਰੋਚਾ ਵੀ ਗਿਆ ਸੀਗਾ ਉਸ ਟਾਈਮ ਹੈ ਨਾ? ਉਦੋਂ ਮੈਂ ਵੀ ਕਾਲਾ ਵਾਲੀ ਗਿਆ ਸੀ। ਹਾਂ ਬਸ ਨਾਲ ਨਾਲ ਹੀ ਲਾਈ ਜੋ ਤੂੰ ਥੱਲੇ ਆ ਚੱਕੋ ਮਾਰਿਓ ਬੀਬੀ ਅੱਗੇ ਵੜ ਜਾ। ਉਹ ਬੈਂਡ ਗਲੈਰੀ ਮੈਂ ਕਿਤੇ ਨੇ ਵਾਲਾ ਆ ਗਿਆ ਸਾਰਾ ਆ ਗਿਆ ਆ ਗਿਆ। ਹੈਗੀ ਜੇ ਸਪਾਏ ਕੌਮਨ ਸੈਂਡ ਬੋਆ ਪੁੰਜ ਕੀ ਕਹਿੰਦੇ ਨੇ ਇਹਨੂੰ?
ਦਮੂ ਹੀ ਕਹਿੰਦੇ ਆ ਅੱਗੇ ਕਹਿੰਦੇ ਮੈਂ ਬਾਈ ਨੂੰ ਮੈਂ ਅੱਗੇ ਕਹਿੰਦਾ ਮੈਂ ਦਮੂ ਹੀ ਆ ਯਾਰ ਇਹ ਵੀ ਇਹਨੇ ਕਹਿੰਦਾ ਦਮੂ ਹੀ ਅਵੇਂ ਪਹਿਲੇ ਬੋਲਦੇ ਸੀ देखी मेरे तो ले ली फरो ਆਜੂਗੀ ਪੈਪ ਜੀ ਯਾਰ ਅਰੇ ਡੱਬੇ ਚ ਨਿਕਲ ਜਾ ਡੱਬੇ ਚ ਰੱਖ ਲੋ ਡਰ ਜਾ ਕੇ ਖੋਣਾ ਆ ਦੇ ਕਿਉਂ ਰਿਸਕ ਲੈਂਦੇ ਆ ਸਾਂਵਾਸਤਾ ਹੈਗੀ